ਕੁਛੀ ਕਹਨੇ ਹੋ ਪਿਛਲੇ ਸਾਲ ਤੋਂ ਮੈਨੂੰ ਥ੍ਰੈਟ ਆ ਰਹੀ ਹੈ ਜਾਂ ਹੋਰ ਵੀ ਕਈ ਇਦਾਂ ਦੇ ਹੋ ਰਿਹਾ ਹੈ ਉਹਦੇ ਬਾਰੇ ਕਦੀ ਤੁਸੀਂ ਪ੍ਰਸ਼ਾਸਨ ਨੂੰ ਨਹੀਂ ਅਵਗਤ ਕਰਾਇਆ ਕੋਈ ਉਹਦੀ ਕੰਪਲੇਂਟ ਨਹੀਂ ਦਿੱਤੀ ਪ੍ਰਸ਼ਾਸਨ ਨੂੰ ਅੱਬੋ ਕੰਪਲੇਟਾ ਬਾਚ ਪਾ ਜੀ ਉੱਪਰ ਡੀਜੀਪੀ ਸਾਹਿਬ ਨੂੰ ਪਾ ਚੁੱਕਾ ਸੀਪੀ ਲੁਧਿਆਣਾ ਜੀ ਨੂੰ ਪਾ ਚੁੱਕਾ ਹਾਈਬਰ ਸੈੱਲ ਚ ਪਾ ਚੁੱਕਾ ਆਪਣੇ ਥਾਣੇ ਦੇ ਚੁੱਕਾ ਅਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਅਧਿਕਾਰਗਾਰ ਸਾਹਿਬ ਮੈਨੂੰ ਅੱਟ ਸਾਲ ਹੋ ਗਈ ਕਰ ਆਪਣਾ ਸ਼ਿਫਸਨ ਅੱਜ ਤੱਕ ਮੈਂ ਗਨਮੈਨ ਦੀ ਡਿਮਾਂਡ ਨਹੀਂ ਕੀਤੀ ਮੈਂ ਇਹੀ ਕਹਿਣਾ ਵਾਂ ਕਿ ਮੇਰੀ ਜਿਹੜੀ ਇਹ ਮੈਨੂੰ ਥ੍ਰੈਟ ਆ ਰਹੀ ਹੈ ਇਹਦੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਦਾ ਚਿਰਾਗ ਨਿਊਜ਼ ਦੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਮੈਂ ਸੌਰ ਅਰੋੜਾ ਅੱਜ ਆਏ ਆ ਸ਼ਿਵਸਨਾ ਪੰਜਾਬ ਦੇ ਯੂਥ ਦੇ ਨੇਤਾ ਸੁਮੀ ਜਸੂਜਾ ਦੇ ਦਫ਼ਤਰ ਜਿਸ ਤਰ੍ਹਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਕਸਰ ਸੋਸ਼ਲ ਮੀਡੀਆ ਤੇ ਸ਼ਿਵਸਨਾ ਦੇ ਨੇਤਾਵਾਂ ਨੂੰ ਧਮਕੀਆਂ ਮਿਲਦੀਆਂ ਬੜਾ ਕੁਝ ਹੁੰਦਾ ਤੇ ਅੱਜ ਇੱਕ ਨਵਾਂ ਹੀ ਸ਼ੋਸ਼ਾ ਸਾਹਮਣੇ ਦੇਖਣ ਨੂੰ ਆਇਆ ਕਿ ਅੱਜ ਇੱਕ ਸ਼ਿਵਸਨਾ ਪੰਜਾਬ ਦੇ ਯੂਥ ਦੇ ਨੇਤਾ ਨੇ ਰਿਤਿਕ ਗਰੋਵਰ ਜੀ ਜਿਨ੍ਹਾਂ ਦੀ ਫੋਟੋ ਵਾਈਰਲ ਕੀਤੀ ਗਈ ਹੈ ਬੜੇ ਅਜੀਬ ਜਿਹੇ ਤਰੀਕੇ ਨਾਲ ਆਓ ਤੁਹਾਡੀ ਇੱਕ ਮੁਲਾਕਾਤ ਕਰਾਨੇ ਆ ਰਿਤਿਕ ਗਰੋਵਰ ਜੀ ਦੇ ਨਾਲ ਸਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦਾ ਚਿਰਾਗ نیوز ਦੇ ਵਿੱਚ ਜੈ ਕਰਾਂ ਇਹ ਵੀਰ ਬਜਰੰਗੇ ਹਰ ਹਰ ਮਹਾਦੇਵ ਬਹੁਤ ਸਵਾਗਤ ਹੈ ਤੁਹਾਡਾ ਵੀ ਸਾਡੇ ਦਫਤਰ ਚ ਰਿਤਿਕ ਜੀ ਸੋਸ਼ਲ ਮੀਡੀਆ ਤੇ ਦੋ ਦਿਨ ਦਿਨ ਤੋਂ ਦੇਖਣ ਚ ਆ ਰਿਹਾ ਕਿ ਤੁਹਾਡੀ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਤੁਹਾਡੀ ਫੋਟੋ ਤੇ ਰਿਪਲਿਕੇ ਇੱਕ ਦੀਵਾਜਾ ਜਗਾ ਕੇ ਤੁਹਾਨੂੰ ਮਤਲਬ ਕਿ ਉਹ ਇੱਕ ਡੈਥ ਦੇ ਰੂਪ ਚ ਤੁਹਾਡਾ ਫੋਟੋ ਨੂੰ ਵਾਇਰਲ ਕੀਤਾ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰੋਵਰ ਜੀ ਮੈਂ ਤਾਂ ਪਿਛਲੇ ਕਾਫੀ ਮਹੀਨਿਆਂ ਮਹੀਨੇ ਹੀ ਹੋ ਗਏ ਸਾਲ ਹੀ ਹੋਣ ਬੜਾ ਬਹੁਤ ਥ੍ਰੈਟ ਆ ਰਹੀ ਹੈ ਵੀਡੀਓ ਕਾਲ ਤੇ ਮੈਸੈਂਜਰ ਤੇ WhatsApp ਕਾਲਿੰਗ ਤੇ ਅੱਜ ਮੈਂ ਜਦੋਂ Facebook ਖੋਲੀ ਮੈਂ ਆਪਣੇ ਆਫਿਸ ਬੈਠਾ ਸੀ ਮੇਰੇ ਮਿੱਤਰਾਂ ਦਾ ਮੇਰੇ ਯਾਰਾਂ ਦੋਸਤਾਂ ਦਾ ਮੈਨੂੰ ਫੋਨ ਆਇਆ ਕਿ ਗਰੋਵਰ ਸਾਹਿਬ ਤੁਹਾਡੀ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਮੈਂ ਆਪ ਦੇਖ ਕੇ ਹੈਰਾਨ ਜਿਹਾ ਹੋ ਗਿਆ ਮੈਂ ਪਿਛਲੇ ਸਾਲ ਤੋਂ ਹੀ ਬਹੁਤ ਮੈਨੂੰ ਮੈਂਟਲੀ ਅਫਸਰਡ ਕੀਤਾ ਜਾ ਰਿਹਾ ਤੁਸੀਂ ਕਹਿੰਦੇ ਹੋ ਪਿਛਲੇ ਸਾਲ ਤੋਂ ਮੈਨੂੰ ਥ੍ਰੈਟ ਆ ਰਹੀ ਹੈ ਜਾਂ ਹੋਰ ਵੀ ਕੋਈ ਇਦਾਂ ਦੇ ਹੋ ਰਿਹਾ ਹੈ ਉਹਦੇ ਬਾਰੇ ਕਦੀ ਤੁਸੀਂ ਪ੍ਰਸ਼ਾਸਨ ਨੂੰ ਨਹੀਂ ਅਵਗਤ ਕਰਾਇਆ ਕੋਈ ਉਹਦੀ ਕੰਪਲੇਂਟ ਨਹੀਂ ਦਿੱਤੀ ਪ੍ਰਸ਼ਾਸਨ ਨੂੰ ਮੈਂ ਬਹੁਤ ਕੰਪਲੇਟਾ ਬਾਅ ਚੁੱਕਾ ਜੀ ਉੱਪਰ ਡੀਜੀਪੀ ਸਾਹਿਬ ਨੂੰ ਪਾ ਚੁੱਕਾ ਸੀਪੀ ਲੁਧਿਆਣਾ ਜੀ ਨੂੰ ਪਾ ਚੁੱਕਾ ਸਾਈਬਰ ਸੈੱਲ 'ਚ ਪਾ ਚੁੱਕਾ ਆਪਣੇ ਥਾਣੇ ਦੇ ਚੁੱਕਾ ਅਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਜਿਹੜੀ ਆ ਤੁਹਾਡੀ ਜਿਹੜੀ ਫੋਟੋ ਵਾਇਰਲ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਅਵਕਤ ਕਰਾਇਆ ਆਪਣੇ ਲਗਦੇ ਥਾਣੇ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਜਾਂ ਤੁਹਾਡਾ ਆਫਿਸ ਹੈ ਉੱਥੋਂ ਦੇ ਥਾਣੇ ਦੇ ਵਿੱਚ ਤੋਂ ਕਿਹਾ ਤੁਸੀਂ ਕੰਪਲੇਂਟ ਦਿੱਤੀ ਹੈ ਜੀ ਜੀ ਬਿਲਕੁਲ ਕੰਪਲੇਂਟ ਦਿੱਤੀ ਹੋਈ ਹੈ ਮੈਂ ਐਸਐਚਓ ਸਾਹਿਬ ਨੂੰ ਤੇ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਇਸ ਬਾਰੇ ਪ੍ਰਸ਼ਾਸਨ ਦਾ ਕਹਿਣਾ ਇਹੀ ਹੈ ਕਿ ਤੁਹਾਡੀ ਕੰਪਲੇਂਟ ਆ ਗਈ ਹੈ ਸਾਡੇ ਕੋਲ ਅਸੀਂ ਦੇਖ ਰਹੇ ਹਾਂ ਅਸੀਂ ਕਰ ਰਹੇ ਹਾਂ ਬਸ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਹਮੇਸ਼ਾ ਤਕਰੀਬਨ ਦੇਖਿਆ ਕੀ ਸ਼ਿਵਸਨ ਨੇ ਤਾਂ ਉਹਨਾਂ ਨੂੰ ਥ੍ਰੈਟਸ ਆਂਦੀਆਂ ਵਾਂ ਧਮਕੀਆਂ ਆਂਦੀਆਂ ਵਾਂ ਪਰ ਉਹਨਾਂ ਦਾ ਇੱਕੋ ਇੱਕ ਮੋਟਿਵ ਹੁੰਦਾ ਵਾ ਸੌਰੀ ਮੈਨੂੰ ਕਹਿਣਾ ਨਹੀਂ ਚਾਹੀਦਾ ਹਮੇਸ਼ਾ ਇੱਕੋ ਹੀ ਮੋਟਿਵ ਹੁੰਦਾ ਵਾ ਕਿ ਗਨਮੈਨ ਕਿ ਆ ਕਿਤੇ ਨਾ ਕਿਤੇ ਤੁਹਾਡੀ ਵੀ ਐਦਾ ਦੀ ਮਨਸ਼ਾ ਤਾਂ ਨਹੀਂ ਗਈ ਐਦਾ ਦੀ ਸੋਚ ਤੇ ਨਹੀਂ ਹੈਗੀ ਕਿ ਤੁਹਾਨੂੰ ਵੀ ਗਨਮੈਨ ਚਾਹੀਦੇ ਹੋਣ ਪੱਤਰਕਾਰ ਸਾਹਿਬ ਮੈਨੂੰ 8 ਸਾਲ ਹੋ ਗਏ ਆਪਣਾ ਸ਼ਿਵਸਨ ਅੱਜ ਤੱਕ ਮੈਂ ਗਨਮੈਨ ਦੀ ਡਿਮਾਂਡ ਨਹੀਂ ਕੀਤੀ ਮੈਂ ਇਹੀ ਕਹਿਣਾ ਵਾਂ ਕਿ ਮੇਰੀ ਜਿਹੜੀ ਮੈਨੂੰ ਥ੍ਰੈਟ ਆ ਰਹੀ ਹੈ ਇਹਦੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਰ ਜਿੱਦਾਂ ਕਿ ਤੁਸੀਂ ਕਹਿੰਦੇ ਹੋ ਕਿ ਆਪਾਂ ਦਰਖਾਸਤ ਦੇ ਕੇ ਆਏ ਆ ਜਾਂ ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਕਈ ਦਰਖਾਸਤਾਂ ਦਿੱਤੀਆਂ ਤੁਸੀਂ ਕਹਿੰਦੇ ਕਿ ਉਹਦੀ ਕੋਈ ਸੁਣਵਾਈ ਨਹੀਂ ਹੋਈ ਜਿਹੜੀ ਇਹ ਵੀ ਤੁਹਾਡੀ ਦਰਖਾਸਤ ਹੈ ਜਿਹਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਪ੍ਰਸ਼ਾਸਨ ਇਸ ਕੰਪਲੇਂਟ ਨੂੰ ਵੀ ਠੰਡੇ ਬਸਤੇ ਪਾ ਦਿੰਦਾ ਤੁਹਾਡੇ ਕਹਿੰਦੇ ਮੁਤਾਬਿਕ ਤੇ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਦੇਖੋ ਜੀ ਪ੍ਰਸ਼ਾਸਨ ਨੂੰ 2-4 ਦਿਨ ਦਾ ਆਪਾਂ ਟਾਈਮ ਦਿੰਨੇ ਆ ਦਿਵਾਲੀ ਕਰਕੇ ਸਾਰੇ ਬਿਜ਼ੀ ਆ ਪੁਲਿਸ ਲੱਗੀ ਹੋਈ ਆ ਸਾਰੀ ਬਾਕੀ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਾਂਗੇ ਜੀਵ ਟੰਡਨ ਜੀ ਨਾਲ ਜੋ ਰੂਪਰੇਗਾ ਦੇਣਗੇ ਉਸ ਹਿਸਾਬ ਨਾਲ ਚੱਲਾਂਗੇ ਸੋ ਆ ਸੀ ਸਾਡੇ ਸ਼ਿਵਸਨਾ ਪੰਜਾਬ ਦੇ ਯੂਥ ਦੇ ਨੇਤਾ ਰਿਤਿਕ ਜੀ ਇਹਨਾਂ ਦਾ ਕਹਿਣ ਦਾ ਮਕਸਦ ਹੈ ਵਾ ਕਿ ਦਿਵਾਲੀ ਕਰਕੇ ਥੋੜਾ ਮਾਹੌਲ ਬਿਜ਼ੀ ਹੈ ਪਲਸ ਬਿਜ਼ੀ ਹੈ ਤੇ ਉਸ ਤੋਂ ਬਾਅਦ ਜੋਰਜੀਵ ਟੰਡਨ ਜੀ ਕਹਿਣਗੇ ਇਹਨਾਂ ਦੇ ਰਾਸ਼ਟਰਪਤੀ ਜੀ ਕਹਿਣਗੇ ਉਹਦੇ ਮੁਤਾਬਿਕ ਜੋ ਰੂਪਰੇਖਾ ਬਣੇਗੀ ਉਹਦੇ ਮੁਤਾਬਿਕ ਅਗਲਾ ਕਦਮ ਚੱਕਣਗੇ ਕੈਮਰਾਮੈਨ ਰਜਨੀਸ਼ ਮਲਿਕ ਜੀ ਦੇ ਨਾਲ ਸੌਰਵ ਰੋਣਾ ਦੀ ਇੱਕ ਖਾਸ ਰਿਪੋਰਟ